ਪਾਤੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਕਨਿਸ਼ ਬੱਤਰਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਬੱਤਰਾ ਮੁੱਖ ਮਹਿਮਾਨ ਸਨ ਅਤੇ ਉਹਨਾਂ ਨੂੰ NSUI ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਸੋਨੂ ਦੱਤੀ, ਅਰੁਣ ਖੰਨਾ, ਗੁਰਦੇਵ ਸਿੰਘ ਦਾਰਾ, ਸੁਨੀਲ ਕੌਂਟੀ, ਇਕਬਾਲ ਸਿੰਘ ਸ਼ਹਿਰੀ, ਅਵਤਾਰ ਸਿੰਘ ਗਿੱਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕੁਮਾਰ ਤਾਂਡ, ਵਿੱਕੀ ਦੱਤਾ, ਰਮਨ ਤਲਵਾੜ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਮੌਜੂਦ ਸਨ। ਜਿਹੜੇ ਜ਼ਿੰਮੇਵਾਰੀ ਸਮਝਦੇ ਨੇ, ਡਿਸਿਪਲਨ 'ਚ ਰਹਿੰਦੇ ਨੇ, ਉਹ ਇੱਕ ਦਿਨ ਆਪਣੇ ਪੈਗਾਮ 'ਤੇ ਜ਼ਰੂਰ ਪਹੁੰਚਦੇ। ਤਾਂ ਮੈਨੂੰ ਖੁਸ਼ੀ ਆ, ਬੱਤਰਾ ਜੀ ਨੌਜਵਾਨ ਸਾਡੇ ਬੇਟਿਆਂ ਵਰਗੇ ਨੇ, ਸੋ ਇਹ ਮਿਹਨਤ ਕਰਨਗੇ, ਸੇਵਾ ਕਰਨਗੇ। ਸੋ ਇਹਦੇ ਫਾਦਰ ਵੀ ਪਰਮਜੀਤ ਬੱਤਰਾ, ਇਹਨਾਂ ਨੂੰ ਸਰਕਾਰ ਵੱਲੋਂ ਇੰਡਸਟਰੀ ਦਾ ਸੀਨੀਅਰ ਵਾਈਸ ਚੇਅਰਮੈਨ ਜਿਹੜਾ ਉਹ ਬਣਾਇਆ ਗਿਆ। ਜੇ ਬਾਪ ਨੇ ਸੇਵਾ ਕੀਤੀ, ਉਹਨੂੰ ਵੀ ਪਾਰਟੀ ਵੱਲੋਂ ਕੁਝ ਮਿਲਿਆ। ਜੇ ਹੁਣ ਬੇਟਾ ਸੇਵਾ ਕਰੂਗਾ, ਸੇਵਾ ਕੇ ਕਰਦਾ ਵੀ ਆ, ਉਹਨੂੰ ਹੁਣ ਪਾਰਟੀ ਨੇ ਜਿਹੜਾ ਉਹ ਇਹ ਸੇਵਾ ਦਿੱਤੀ ਆ ਬਤੌਰ ਪ੍ਰਧਾਨ, ਸੋ ਇਹ ਵੀ ਸੇਵਾ ਕਰੇਗਾ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਹਾਈਕਮਾਂਡ ਦਾ, ਸ਼੍ਰੀ ਓਮ ਪ੍ਰਕਾਸ਼ ਸੋਨੀ ਜੀ ਦਾ, ਕੈਬਨਿਟ ਮਿਨਿਸਟਰ ਔਰ ਉਹਨਾਂ ਦੇ ਨਾਲ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਅਕਸ਼ੇ ਸ਼ਰਮਾ ਜੀ, ਜਿਹੜੇ ਸਟੇਟ ਦੇ ਪ੍ਰਧਾਨ ਨੇ NSUI ਦੇ, ਉਹਨਾਂ ਨੇ ਅੱਜ ਮੇਰੇ ਬੇਟੇ ਕਨਿਸ਼ ਬੱਤਰਾ ਨੂੰ NSUI ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਅੰਮ੍ਰਿਤਸਰ ਡਿਸਟ੍ਰਿਕਟ ਦਾ। ਉਹਨਾਂ ਨੇ ਇਹ ਸੇਵਾ ਵੇਖਦੇ ਹੋਏ ਮੈਨੂੰ ਇਹ ਸੀਟ ਦਿੱਤੀ ਆ, ਅਤੇ ਮੈਂ ਅੱਗੇ ਵੀ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣੇ ਜਿਹੜੇ ਵੀਰ ਭਰਾ ਨੇ ਅਤੇ ਜਿਹੜੇ ਮੇਰੇ ਸਟੂਡੈਂਟ ਯੂਥ ਨੇ, ਮੈਂ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਾਂ, ਅਤੇ ਭਾਵੇਂ ਕੋਈ ਵੀ ਉਹਨਾਂ ਦੀ ਸਮੱਸਿਆ ਹੋਵੇ, ਮੈਂ ਪੂਰੀ ਉਹਨਾਂ ਦੀ ਮੋਢੇ ਨਾਲ ਖਲੋ ਕੇ ਉਹਨਾਂ ਦੀ ਪੂਰੀ ਸਮੱਸਿਆ ਦਾ ਹੱਲ ਕਰੂੰਗਾ।